ਤੇ ਖਾਸ ਤੌਰ ਤੇ ਤੁਸੀਂ ਵੀ ਸਮਝ ਗਏ ਹੋ ਵੀ ਇਲੈਕਸ਼ਨ ਮੁਹਿੰਮ ਜ਼ੋਰ ਪਕੜ ਗਈ। ਗਜਿੰਦਰ ਸ਼ੇਖਾਵਤ ਜੀ ਪੁਰਾਣੇ ਘੁਲਾਟੀਏ ਉਹ ਆ ਗਏ, ਦੈਟ ਮੀਨਸ ਵੀ ਮੌਸਮ ਆ ਗਿਆ ਹੁਣ ਇਲੈਕਸ਼ਨ ਦਾ, ਤੇ ਇਹਨਾਂ ਨੇ ਆ ਕੇ ਇੱਥੇ ਪੰਜਾਬ ਦੀ ਕਮਾਨ ਸੰਭਾਲਣੀ ਹੈ। ਤੇ ਅੱਜ ਉਚੇਚੇ ਤੌਰ ਤੇ ਅਸੀਂ ਸਵਾਗਤ ਕਰ ਰਹੇ ਹਾਂ ਮਿਸਿਸ ਸੰਤੋਖ ਚੌਧਰੀ, ਜਿਨ੍ਹਾਂ ਦੇ ਨਾਲ ਜਿਸ ਤਰ੍ਹਾਂ ਦਾ ਵਰਤਾਰਾ ਕਾਂਗਰਸ ਪਾਰਟੀ ਨੇ ਕੀਤਾ, ਜਿਨ੍ਹਾਂ ਦੇ ਮਰਹੂਮ ਸੰਤੋਖ ਚੌਧਰੀ ਜੀ ਜਿਨ੍ਹਾਂ ਨੇ ਰਾਹੁਲ ਗਾਂਧੀ ਦੇ ਉਸ ਸੋ ਕਾਲਡ ਯਾਤਰਾ ਦੇ ਦੌਰਾਨ ਜਿਨ੍ਹਾਂ ਦਾ ਦੁਖਦ ਦੇਹਾਂਤ ਹੋਇਆ, ਉਹਦੇ ਬਾਅਦ ਜਿਸ ਤਰ੍ਹਾਂ ਜੋ ਇਹਨਾਂ ਨਾਲ ਵਰਤਾਵ ਰਿਹਾ ਪਾਰਟੀ ਦਾ, ਉਹ ਮੈਂ ਸਮਝਦਾ ਬਹੁਤ ਹੀ ਸ਼ਰਮਨਾਕ। ਜਿਸ ਤਰੀਕੇ ਨਾਲ ਇਸ ਪਰਿਵਾਰ ਨੂੰ ਜਿਹਨੇ 18 ਵਾਰੀ ਇਲੈਕਸ਼ਨ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ 'ਚ ਪਾਇਆ ਹੈ, 3 ਪੀੜ੍ਹੀਆਂ ਜਿਨ੍ਹਾਂ ਦੀ ਕਾਂਗਰਸ 'ਚ ਰਹੀ ਹੈ, ਉਹਦੇ ਬਾਵਜੂਦ ਵੀ ਇਹਨਾਂ ਨੂੰ ਆਹ ਦਿਨ ਦੇਖਣੇ ਪਏ ਹੈ। ਇਸ ਏ ਸੈਡ ਕਮੈਂਟਰੀ ਔਨ ਇਸ ਓਨ, ਕਿਸੇ ਨੂੰ ਇਸ ਗੱਲ 'ਤੇ ਕਹਿਣ ਦੀ ਲੋੜ ਨਹੀਂ। ਅਤੇ ਇਹਦੀ ਅਗਰ ਕਿਸੇ ਨੂੰ ਕੋਈ ਸਬੂਤ ਚਾਹੀਦਾ, ਤਾਂ ਅੱਜ ਫਿਰ ਦੇਖਣ ਨੂੰ ਮਿਲਿਆ। ਅੱਜ ਇੱਕ ਬਹੁਤ ਹੀ ਜਿੱਥੇ ਇੱਕ ਤਾਂ ਪੁਰਾਣੇ ਪਰਿਵਾਰ ਜਿਹੜੇ 3 ਪੁਸ਼ਤਾਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੈ, ਉਹਨਾਂ ਦੇ ਵਾਸਤੇ ਜਿਸ ਕਿਸਮ ਦੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਜਦੋਂ ਪਾਰਟੀ ਤੋਂ ਉਹਨਾਂ ਨੇ ਪਾਰਟੀ ਛੱਡੀ ਨਹੀਂ, ਇਹਨਾਂ ਨੂੰ ਪਾਰਟੀ 'ਚੋਂ ਕੱਢਿਆ ਗਿਆ, ਜ਼ਲੀਲ ਕਰਕੇ ਕੱਢਿਆ ਗਿਆ, ਉਸੇ ਤਰ੍ਹਾਂ ਹੀ ਅੱਜ ਇੱਕ ਨੌਜਵਾਨ ਕਾਂਗਰਸ ਦਾ, ਜਿਨ੍ਹਾਂ ਦਾ ਪਾਰਟੀ ਦੇ ਅੰਦਰ, ਰਾਜਨੀਤੀ ਦੇ ਅੰਦਰ, ਪੰਜਾਬ ਦੇ ਭਵਿੱਖ ਦੇ ਅੰਦਰ ਇੱਕ ਨੌਜਵਾਨ ਦਾ ਬਹੁਤ ਵੱਡਾ ਫਿਊਚਰ ਸੀਗਾ, ਮੈਂ ਬਿਨਾਂ ਕਿਸੇ ਲਾਗ ਲਪੇਟ ਦੇ ਕਹਿ ਰਿਹਾ, ਇਸ ਕਰਕੇ ਨਹੀਂ ਵੀ ਉਹ ਸਾਨੂੰ ਬੀਜੇਪੀ ਨੂੰ ਜੁਆਇਨ ਕੀਤਾ ਕਿ ਨਹੀਂ ਕੀਤਾ। ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ, ਦਲਵੀਰ ਗੋਲਡੀ ਨੇ। ਅਗਰ ਥੋੜ੍ਹੇ ਸ਼ਬਦਾਂ 'ਚ ਕਿਹਾ ਜਾਵੇ, ਹੀ ਵਾਜ਼ ਅਰਨੈਸਟ, ਹਾਰਡ ਵਰਕਿੰਗ, ਅਤੇ ਇਸ ਪੰਜਾਬ ਦੇ ਕਾਂਗਰਸ ਦੇ ਦੂਸ਼ਿਤ ਮਾਹੌਲ ਦੇ ਅੰਦਰ ਹੀ ਵਾਜ਼ ਏ ਸੌਫਟ ਸਪੋਕਨ। ਜਿਹੜਾ ਅੱਜ ਪੰਜਾਬ ਕਾਂਗਰਸ ਦੇ ਅੰਦਰ ਜਦੋਂ ਤੁਸੀਂ ਸੁਣਦੇ ਹੋ, ਵੈਸੇ ਤਾਂ ਪੰਜਾਬੀ ਦਾ ਸ਼ਬਦ ਤਾਂ ਕੁਛ ਹੋਰ ਹੈ, ਮੈਂ ਇਸਤੇਮਾਲ ਨਹੀਂ ਕਰ ਸਕਦਾ, ਇੰਗਲਿਸ਼ ਦਾ ਸਹਾਰਾ ਲਊਂਗਾ, ਲਾਊਡ ਮਾਊਥ ਜਿਹੜੇ ਉਹਨਾਂ ਦੇ, ਅੱਜ ਵੀ ਜਿਸ ਕਿਸਮ ਦੇ ਬਿਆਨ ਆਏ ਆ ਉਹਨਾਂ ਦੇ ਖਿਲਾਫ, ਇੱਕ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਬਣ ਗਿਆ ਪੰਜਾਬ ਦੇ ਅੰਦਰ, ਪੰਜਾਬ ਕਾਂਗਰਸ ਇਜ਼ ਬਲੀਡਿੰਗ ਟੂ ਡੈਥ। ਕੋਈ ਉਹਦੇ ਵਿੱਚ ਆਹ ਨਹੀਂ ਵੀ ਬੀਜੇਪੀ ਦਾ ਏਜੰਡਾ ਹੈ ਵੀ ਕਾਂਗਰਸ ਮੁਕਤ ਪੰਜਾਬ ਜਾਂ ਕਾਂਗਰਸ ਮੁਕਤ ਭਾਰਤ ਕਰਨੀ ਹੈ। ਖੁਦ ਮੇਰੇ ਲੱਗਦਾ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦਾ ਏਜੰਡਾ ਹੈ ਵੀ ਕਿਸ ਤਰ੍ਹਾਂ ਕਾਂਗਰਸ ਪਾਰਟੀ ਨੂੰ ਪੰਜਾਬ ਨੂੰ ਜੜੋਂ ਕੱਢਣਾ। ਉਹਦੇ ਵਿੱਚ ਇੱਕ ਦਲਵੀਰ ਗੋਲਡੀ ਦਾ ਛੱਡ ਕੇ ਜਾਣਾ, ਮੈਂ ਸਮਝਦਾ ਆਪਣੇ ਆਪ 'ਚ ਬਹੁਤ ਕੁਛ ਕਹਿ ਰਿਹਾ। ਅਤੇ ਉਸ ਤੋਂ ਵੀ ਵੱਡੀ ਕਮੈਂਟਰੀ ਹੈ ਜਿਹੜੇ ਭਾਸ਼ਾ, ਜਿਹੜੀ ਸ਼ਬਦਾਵਲੀ ਅੱਜ ਕਾਂਗਰਸ ਦੇ, ਪੰਜਾਬ ਕਾਂਗਰਸ ਦੇ ਲੀਡਰਸ ਨੇ ਇਸਤੇਮਾਲ ਕੀਤੀ ਹੈ ਦਲਵੀਰ ਗੋਲਡੀ ਵਾਸਤੇ, ਉਹ ਦਰਸਾਉਂਦਾ ਵੀ ਕਿਉਂ ਕਾਂਗਰਸ ਪਾਰਟੀ ਇਸ ਦਿਸ਼ਾ ਵਿੱਚ ਜਾ ਰਹੀ ਹੈ। ਉੱਥੇ ਸਾਡੇ ਨਾਲ ਜਿਹੜੇ ਅੱਜ ਸਾਥੀ ਕਾਰਪੋਰੇਟਰਸ ਜਲੰਧਰ ਤੋਂ ਜੁੜੇ ਹੈ, ਅੰਗਰਾਲ ਜੀ ਨਾਲ ਸਾਥੀ ਇਹਨਾਂ ਨੂੰ ਲੈ ਕੇ ਆਏ ਹੈ, ਇਹਨਾਂ ਦੀ ਪ੍ਰੇਰਣਾ ਸਾਰਿਆਂ ਨੂੰ ਸਦਕੇ ਸਾਰੇ। ਬੀਜੇਪੀ ਪਾਰਟੀ ਦਿਨੋਂ ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ, ਉਸ ਮਜ਼ਬੂਤੀ ਦੀ ਦਿਸ਼ਾ ਵਿੱਚ ਇਹਨਾਂ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਰਹੂਗਾ।